ਭਰਾਵੋ, ਮੇਰਾ ਨਾਮ ਰਾਕੇਸ਼ ਰਮਨ ਹੈ। ਮੈਂ ਇੱਕ ਜਰਨਲਿਸਟ ਔਰ ਸੋਸ਼ਲ ਐਕਟੀਵਿਸਟ ਹਾਂ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਪੜ੍ਹਿਆ ਹੋਇਆ ਹਾਂ ਔਰ ਉੱਥੇ ਹੀ ਆਪਣਾ ਇੰਗਲਿਸ਼ ਟ੍ਰਿਬਿਊਨ ਤੋਂ ਜਰਨਲਿਜ਼ਮ ਦਾ ਕੈਰੀਅਰ ਸ਼ੁਰੂ ਕੀਤਾ ਸੀ। ਅੱਜ ਕੱਲ੍ਹ ਮੈਂ ਦਿੱਲੀ ਰਹਿ ਰਿਹਾ ਹਾਂ ਔਰ ਕਾਫੀ ਜਗ੍ਹਾ ਦੇ ਉੱਤੇ ਐਜ਼ ਏ ਸੀਨੀਅਰ ਜਰਨਲਿਸਟ ਕੰਮ ਕਰਨ ਤੋਂ ਬਾਅਦ ਮੈਂ ਆਪਣੀਆਂ ਗਲੋਬਲ ਨਿਊਜ਼ ਸਰਵਿਸਿਸ ਚਲਾ ਰਿਹਾ ਹੈਗਾ ਪਿਛਲੇ 12 ਜਾਂ 13 ਸਾਲ ਤੋਂ, ਔਰ ਨਾਲ ਹੀ ਇੱਕ ਐਨ ਜੀ ਓ ਚਲਾ ਰਿਹਾ ਮੈਂ ਇੱਥੇ। ਉਹਦਾ ਨਾਮ ਹੈਗਾ RMN ਫਾਊਂਡੇਸ਼ਨ। RMN ਸਟੈਂਡਸ ਫੋਰ ਰਮਨ ਮੀਡੀਆ ਨੈਟਵਰਕ। ਮੇਰੀਆਂ ਸਾਰੀਆਂ ਜਿੰਨੀਆਂ ਸਾਈਟਸ ਹੈਗੀਆਂ ਨਿਊਜ਼ ਸਾਈਟਸ ਉਹ ਰਮਨ ਮੀਡੀਆ RMN ਦੇ ਅੰਡਰ ਆਉਂਦੀਆਂ ਹੈਗੀਆਂ, ਤਾਂ ਮੇਨ ਸਾਈਟ ਹੈਗੀ ਹੈ ਰਮਨ ਮੀਡੀਆ ਨੈਟਵਰਕ। ਤਾਂ ਇਸ ਐਨ ਜੀ ਓ ਦੇ ਵਿੱਚ ਮੈਂ ਕਾਫੀ ਹਿਊਮਨ ਰਾਈਟਸ ਦੇ ਉੱਤੇ ਕਾਫੀ ਕੰਮ ਕਰਦਾ ਹੈਗਾ ਹਾਂ, ਕਰਪਸ਼ਨ ਨੂੰ ਖਤਮ ਕਰਨ ਵਾਸਤੇ, ਐਨਵਾਇਰਮੈਂਟ ਪ੍ਰੋਟੈਕਸ਼ਨ ਕਰਨ ਵਾਸਤੇ, ਔਰ ਬੱਚਿਆਂ ਦੀ ਐਜੂਕੇਸ਼ਨ, ਸਕੂਲ ਐਜੂਕੇਸ਼ਨ ਦੇ ਉੱਤੇ ਮੈਂ ਬਹੁਤ ਕੰਮ ਕਰਦਾ ਹੈਗਾ ਵਾਂ। ਮੈਂ ਯੂਨਾਈਟਿਡ ਨੇਸ਼ਨਸ ਦੇ ਨਾਲ ਵੀ ਕੰਮ ਕੀਤਾ ਹੈਗਾ, ਯੂਨਾਈਟਿਡ ਨੇਸ਼ਨਸ ਥਰੂ ਯੂਨੀਡੋ, ਯੂਨਾਈਟਿਡ ਨੇਸ਼ਨਸ ਇੰਡਸਟਰੀਅਲ ਡਿਵੈਲਪਮੈਂਟ ਔਰਗਨਾਈਜੇਸ਼ਨ। ਤਾਂ ਇੱਥੇ ਮੈਂ ਬੱਚਿਆਂ ਵਾਸਤੇ ਇੱਕ ਦਿੱਲੀ ਦੇ ਵਿੱਚ ਫ੍ਰੀ ਸਕੂਲ ਵੀ ਚਲਾਉਂਦਾ ਸੀ ਟੂ ਗਿਵ ਦੈਮ ਮਾਡਰਨ ਐਜੂਕੇਸ਼ਨ। ਤਾਂ ਅੱਜ ਮੈਂ ਤੁਹਾਡੇ ਨਾਲ ਇਹ ਜਿਹੜਾ ਮੈਂ 2-4 ਦਿਨ ਪਹਿਲੇ ਵੀ ਤੁਹਾਡੇ ਨਾਲ ਪੰਨੂ ਜਿਹੜਾ ਹੈਗਾ ਗੁਰਪਤਵੰਤ ਸਿੰਘ ਪੰਨੂ ਜਿਹੜਾ ਅਮੈਰੀਕਾ ਦੇ ਵਿੱਚ ਖਾਲਿਸਤਾਨ ਦੇ ਵਾਸਤੇ ਉਹ ਕੈਂਪੇਨ ਕਰਦਾ ਹੈਗਾ ਔਰ ਕੁਛ ਰੈਫਰੈਂਡਮ ਵੀ ਕਰਦਾ ਹੈਗਾ, ਉਹਦਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ ਸੀ, ਯਾਨੀ ਕਿ ਜਿਹੜੀ ਇੰਡੀਅਨ ਗੌਰਮੈਂਟ ਹੈਗੀ ਹੈ, ਮੋਦੀ ਗੌਰਮੈਂਟ ਹੈ, ਉਹਦੇ ਉੱਤੇ ਇਹ ਐਲੀਗੇਸ਼ਨਸ ਹੈਗੇ ਹੈ ਕਿ ਇਹ ਉਹਨੂੰ ਪੰਨੂ ਨੂੰ ਅਮੈਰੀਕਾ ਦੇ ਵਿੱਚ, ਕਿਉਂਕਿ ਉਹ ਪੰਨੂ ਅਮੈਰੀਕਨ ਸਿਟੀਜ਼ਨ ਹੈਗਾ, ਉੱਥੇ ਅਮੈਰੀਕਾ ਦੇ ਵਿੱਚ ਉਹਨੂੰ ਮਰਵਾਉਣ ਦੀ ਕੋਸ਼ਿਸ਼ ਇੰਡੀਅਨ ਗੌਰਮੈਂਟ ਕਰ ਰਹੀ ਸੀ। ਤਾਂ ਇਹ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਕੇਸ ਜਿਹੜਾ ਹੈਗਾ, ਉਹਨੇ ਪੰਨੂ ਨੇ ਇੱਕ ਨਿਊਯਾਰਕ ਡਿਸਟ੍ਰਿਕਟ ਕੋਰਟ ਦੇ ਵਿੱਚ ਲਾਸੂਟ ਫਾਈਲ ਕੀਤਾ ਹੈਗਾ, ਜਿਹਦੇ ਰਿਸਪੋਂਸ ਦੇ ਵਿੱਚ ਇੰਡੀਅਨ ਗੌਰਮੈਂਟ ਔਰ ਇਹਦੇ ਕੁਛ ਓਫੀਸ਼ਲਸ ਨੂੰ ਸਮਨਸ ਆਏ ਹੈਗੇ, ਜਿਹਦੇ ਵਿੱਚ ਉਹਨੂੰ ਕਿਹਾ ਗਿਆ ਕਿ 21 ਦਿਨ ਦੇ ਵਿੱਚ ਵੀ ਤੁਸੀਂ ਆਪਣਾ ਜਵਾਬ ਦਿਓ ਇਹਦਾ ਸਮਨਸ ਦਾ, ਜਿਹੜਾ ਉਹ ਕੋਰਟ ਉਹਨੇ ਪੰਨੂ ਨੇ ਅਮੈਰੀਕਾ ਦੇ ਵਿੱਚ ਫਾਈਲ ਕੀਤਾ। ਉਹਦਾ ਮੈਂ ਵੀਡੀਓ 1-2 ਦਿਨ ਪਹਿਲੇ ਪਾਇਆ ਸੀ ਇੱਥੇ, ਜਿਹੜੇ ਸਮਨਸ ਆਏ ਕੋਰਟ ਕੇਸ ਦੇ ਬਾਰੇ, ਉਹਦਾ ਮੈਂ ਲਿੰਕ ਥੱਲੇ ਛੱਡ ਦਾਂਗਾ। ਪਰ ਮੈਂ ਅੱਜ ਤੁਹਾਡੇ ਨਾਲ ਉਸੀ ਕੇਸ ਦੇ ਵਿੱਚ ਜਿਹੜੀਆਂ ਹੋਰ ਡਿਵੈਲਪਮੈਂਟਸ ਹੋਈਆਂ ਹੈਗੀਆਂ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਹੈਗਾ ਵਾ। ਤੁਹਾਨੂੰ ਪਤਾ ਹੋਏਗਾ ਉੱਥੇ ਕਾਂਗਰਸਮੈਨ ਹੈਗਾ, ਉਹਦਾ ਨਾਮ ਹੈਗਾ ਐਡਮ ਸ਼ਿਫ ਹੈ, ਅਮੈਰੀਕਾ ਦੇ ਵਿੱਚ ਇੱਕ ਕਾਂਗਰਸਮੈਨ ਹੈਗਾ। ਉਹਨੇ ਕੀ ਕੀਤਾ ਹੈਗਾ, ਇਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਵਾਸਤੇ, ਯਾਨੀ ਕਿ ਬਾਹਰ ਵਾਲੀਆਂ ਜਿਹੜੀਆਂ ਸਰਕਾਰਾਂ ਹੈਗੀਆਂ, ਜਿਸ ਤਰ੍ਹਾਂ ਇੰਡੀਅਨ ਗੌਰਮੈਂਟ ਹੈਗੀ ਹੈ, ਉਹ ਉੱਥੇ ਦੇ ਅਮੈਰੀਕਨ ਸਿਟੀਜ਼ਨਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਅਮੈਰੀਕਾ ਦੇ ਵਿੱਚ ਜਾਂ ਅਮੈਰੀਕਾ ਤੋਂ ਬਾਹਰ ਕਿਸੇ ਵੀ ਤਰ੍ਹਾਂ ਦਾ ਅਟੈਕ ਨਾ ਕਰ ਸਕਣ ਜਾਂ ਉਹਨਾਂ ਨੂੰ ਹਰਾਸ ਨਾ ਕਰ ਸਕਣ, ਉਹਦੇ ਵਾਸਤੇ ਇੱਕ ਨਵਾਂ ਕਾਨੂੰਨ ਉਹਨੇ ਇੰਟਰੋਡਿਊਸ ਕੀਤਾ ਹੈਗਾ। ਉਹਨੂੰ ਕਹਿੰਦੇ ਹੈਗੇ ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ 2024 ਉਹਨੇ ਇੰਟਰੋਡਿਊਸ ਕੀਤਾ ਹੈਗਾ। ਉਹ ਹੁਣ ਇੱਕ ਤਰ੍ਹਾਂ ਦਾ ਇੱਕ ਲਾਅ ਬਣ ਜਾਏਗਾ ਕਿ ਜਿਹਦੇ ਵਿੱਚ ਜਿਹੜੀ ਵੀ ਗੌਰਮੈਂਟ ਉਹਨਾਂ ਨੂੰ ਅਮੈਰੀਕਨਸ ਨੂੰ ਇਸ ਤਰ੍ਹਾਂ ਪ੍ਰੋਸੀਕਿਊਟ ਕਰੇਗੀ, ਹਰਾਸ ਕਰੇਗੀ ਜਾਂ ਉਹਨਾਂ ਦੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰੇਗੀ, ਉਹਨਾਂ ਨੂੰ ਉਹ ਸੈਂਕਸ਼ਨਸ ਲਗਾਉਣਗੇ, ਯਾਨੀ ਕਿ ਪੈਨਲਟੀ ਲਗਾਏਗੀ ਅਮੈਰੀਕਨ ਗੌਰਮੈਂਟ। ਉਹ ਪੈਨਲਟੀ ਜਿਹੜੀਆਂ ਹੈਗੀਆਂ ਉਹ ਕਾਫੀ ਹਾਰਸ਼, ਜਿਹੜਾ ਮੈਂ ਲਾਅ ਪੜ੍ਹਿਆ ਉਹਦਾ ਲਿੰਕ ਵੀ ਥੱਲੇ ਛੱਡਾਂਗਾ ਕਿ ਜਿਹੜਾ ਉਹਨੇ ਕਾਨੂੰਨ ਇੰਟਰੋਡਿਊਸ ਕੀਤਾ ਹੈਗਾ ਐਡਮ ਸ਼ਿਫ ਨੇ, ਉਹਦੇ ਵਿੱਚ ਉਹਨੇ ਪੂਰਾ, ਮੈਂ ਉਹਦਾ ਟੈਕਸਟ ਵੀ ਲਿੰਕ ਦਿੱਤਾ ਹੋਇਆ, ਉਹ ਤੁਸੀਂ ਪੂਰਾ ਕਾਨੂੰਨ ਪੜ੍ਹ ਸਕਦੇ ਹੋ। ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਫੋਰਨ ਗੌਰਮੈਂਟਸ ਹੈਗੀਆਂ ਜਿਹੜੀਆਂ ਅਮੈਰੀਕਨ ਸਿਟੀਜ਼ਨ ਨੂੰ ਜਿਸ ਤਰ੍ਹਾਂ ਕਿ ਪੰਨੂ ਨੂੰ ਤੰਗ ਕਰ ਰਹੀਆਂ ਹੈਗੀਆਂ, ਤਾਂ ਉਹਨਾਂ ਨੂੰ
ਮਤਲਬ ਰੋਕਣ ਵਾਸਤੇ ਕੀ ਪੈਨਲਟੀਜ਼ ਲਗਾਈਆਂ ਜਾ ਸਕਦੀਆਂ, ਸਜ਼ਾ ਕੀ ਦਿੱਤੀ ਜਾ ਸਕਦੀ ਹੈਗੀ ਹੈ, ਉਹਦੇ ਵਿੱਚ ਉਹਨਾਂ ਨੇ ਡਿਸਕਸ ਕੀਤਾ ਹੈਗਾ ਕਿ ਉਹਦੇ ਵਿੱਚ ਕਾਫੀ ਉਹਦੇ ਵਿੱਚ ਸਜ਼ਾ ਉਹਨਾਂ ਨੇ ਲਿਖਿਆ ਹੋਇਆ। ਪਰ ਪਤਾ ਨਹੀਂ ਕਿ ਅਮੈਰੀਕਨ ਗੌਰਮੈਂਟ ਜਿਹੜੀ ਹੈਗੀ ਹੈ ਮੋਦੀ ਗੌਰਮੈਂਟ ਦੇ ਉੱਤੇ ਕੋਈ ਸਜ਼ਾ ਲਗਾਏਗੀ ਕਿ ਨਹੀਂ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਣੇ ਪਿਛਲੇ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਜਿਹੜਾ ਮੋਦੀ ਹੈਗਾ ਇਹ ਉੱਥੇ ਜਾ ਕੇ ਅਮੈਰੀਕਾ ਦੇ ਵਿੱਚ ਜਾਂ ਅਮੈਰੀਕਨ ਜਿਹੜੀਆਂ ਕੰਪਨੀਸ ਹੈਗੀਆਂ ਜਾਂ ਅਮੈਰੀਕਨ ਗੌਰਮੈਂਟ ਦੀ ਸਿਫਾਰਿਸ਼ ਦੇ ਨਾਲ ਉੱਥੇ ਦੇ ਜਿਹੜੇ ਪ੍ਰੋਡਕਟਸ ਔਰ ਸਬਸਿਡੀਜ਼ ਹੈਗੇ ਆ ਉਹ ਇੰਡੀਆ ਦੇ ਵਿੱਚ ਖਰੀਦ ਲੈਂਦਾ ਹੈਗਾ, ਔਰ ਉਹਦੇ ਜਿਹੜੇ ਪੈਸੇ ਬਿਲੀਅਨਸ ਆਫ ਡਾਲਰ ਜਿਹੜੇ ਅਮੈਰੀਕਨ ਗੌਰਮੈਂਟ ਨੂੰ ਮਿਲਦੇ ਹੈਗੇ ਆ, ਦੈਟ ਇਜ਼ ਅ ਕਾਇੰਡ ਆਫ ਰਿਸ਼ਵਤ, ਯਾਨੀ ਕਿ ਉਹਨੂੰ ਅਮੈਰੀਕਨ ਗੌਰਮੈਂਟ ਨੂੰ ਇਹ ਬ੍ਰਾਈਬ ਕਰਦਾ ਹੈ ਤਾਂ ਕਿ ਇਹਦੇ ਉੱਤੇ ਕੋਈ ਐਕਸ਼ਨ ਨਾ ਲਿੱਤਾ ਜਾ ਸਕੇ। ਤਾਂ ਇਹਦਾ ਹੁਣ ਪਤਾ ਨਹੀਂ ਕਿ ਐਡਮ ਸ਼ਿਫ ਨੇ ਜਿਹੜਾ ਨਵਾਂ ਕਾਨੂੰਨ ਲੈ ਕੇ ਆਇਆ, ਜਿਹੜੀ ਅਮੈਰੀਕਨ ਗੌਰਮੈਂਟ ਹੁਣ ਤਾਂ ਹੈ ਬਾਈਡਨ ਗੌਰਮੈਂਟ ਹੈਗੀ ਹੈ, ਉਸ ਤੋਂ ਬਾਅਦ ਚਾਹੇ ਟਰੰਪ ਗੌਰਮੈਂਟ ਆ ਜਾਂਦੀ ਹੈ, ਕਮਲਾ ਹੈਰਿਸ ਪ੍ਰੈਜੀਡੈਂਟ ਬਣ ਜਾਂਦੀ ਹੈਗੀ ਹੈ, ਉਹ ਮੋਦੀ ਗੌਰਮੈਂਟ 'ਤੇ ਕੋਈ ਐਕਸ਼ਨ ਲੈਣਗੇ ਕਿ ਨਹੀਂ, ਇਹ ਬਹੁਤ ਕਹਿਣਾ ਮੁਸ਼ਕਿਲ ਹੈਗਾ। ਔਰ ਮੇਰੇ ਖਿਆਲ 'ਚ ਨਹੀਂ ਲੈਣਗੇ ਕਿਉਂਕਿ ਦੋਸ ਅਮੈਰੀਕਨ ਗੌਰਮੈਂਟਸ ਆਰ ਬੀਂਗ ਬ੍ਰਾਈਬਡ ਬਾਏ ਦਾ ਮੋਦੀ ਗੌਰਮੈਂਟ। ਹੁਣ ਵੀ ਜਿਸ ਵੇਲੇ ਮੋਦੀ, ਤੁਹਾਨੂੰ ਪਤਾ ਹੋਏਗਾ ਸਪਟੈਂਬਰ ਦੇ ਵਿੱਚ ਅੱਜ ਕੱਲ੍ਹ 'ਚ ਉਹ ਅਮੈਰੀਕਾ ਦੇ ਟੂਰ ਦੇ ਉੱਤੇ ਗਿਆ ਹੋਇਆ, ਉੱਥੇ $3 billion ਦੀ ਡਰੋਨ ਡੀਲ ਹੈ ਫਾਈਨਲ ਕੀਤੀ ਹੈਗੀ ਇਹਨੇ। $3 billion ਡਰੋਨ ਜਿਹੜੇ ਇੰਡੀਆ ਦੇ ਵਿੱਚ ਬਿਲਕੁਲ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ, $3 billion ਇੰਡੀਅਨ ਪਬਲਿਕ ਦਾ ਪੈਸਾ ਉਹਨਾਂ ਨੂੰ ਅਮੈਰੀਕਨ ਸਰਕਾਰ ਨੂੰ ਇਹ ਰਿਸ਼ਵਤ ਦਿੱਤੀ ਹੈਗੀ ਹੈ, ਨਵੀਂ ਨਿਊਜ਼ ਹੈਗੀ ਹੈ। ਤਾਂ ਇਹ ਜਿਹੜੀ ਹੈਗੀ ਹੈ ਰਿਸ਼ਵਤ ਤੋਂ ਬਾਅਦ ਅਮੈਰੀਕਨ ਗੌਰਮੈਂਟ ਕੋਈ ਵੀ ਐਕਸ਼ਨ ਨਹੀਂ ਲਏਗੀ, ਔਰ ਇਹ ਜਿਹੜਾ ਐਡਮ ਸ਼ਿਫ ਦਾ ਉਹ ਬਿੱਲ ਇਹਨੇ ਇੰਟਰੋਡਿਊਸ ਕੀਤਾ ਹੈਗਾ ਇਹਦਾ ਕੋਈ ਵੀ ਫਰਕ ਮੋਦੀ ਗੌਰਮੈਂਟ ਦੇ ਉੱਤੇ ਨਹੀਂ ਪਏਗਾ। ਐਂਡ ਦੇਰ ਆਰ ਚਾਂਸਿਸ ਦੈਟ ਦਿਸ ਟਰਾਂਸਨੈਸ਼ਨਲ ਰਿਪਰੈਸ਼ਨ ਵਿਲ ਕੰਟੀਨਿਊ। ਔਰ ਇਸ ਤੋਂ ਪਹਿਲੇ ਵੀ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ, ਜਿਹੜਾ ਮੈਂ ਕਹਿ ਰਿਹਾ ਕਿ ਅਮੈਰੀਕਨ ਗੌਰਮੈਂਟ ਕੋਈ ਐਕਸ਼ਨ ਨਹੀਂ ਲੈਂਦੀ, ਕਿ ਇਸ ਤੋਂ ਪਹਿਲਾਂ ਇੱਕ ਉੱਥੇ ਇਲਹਾਨ ਉਮਰ ਵੀ ਹੈਗੀ ਹੈ, ਇਸ ਤਰ੍ਹਾਂ ਹੀ ਉਹ ਕਾਂਗਰਸ ਵੂਮੈਨ ਹੈਗੀ ਹੈ, ਉਹਨੇ ਵੀ 22 ਦੇ ਵਿੱਚ ਵੀ ਇੱਕ ਰੈਜ਼ੋਲਿਊਸ਼ਨ ਲੈ ਕੇ ਆਈ ਸੀ ਜਿਹਦੇ ਉੱਤੇ ਕਿ ਜਿਹੜੀਆਂ ਇੰਡੀਅਨ ਮਾਈਨੋਰਿਟੀਜ਼ ਹੈਗੀਆਂ, ਜਿਸ ਤਰ੍ਹਾਂ ਸਿੱਖਸ ਹੈਗੇ ਆ ਜਾਂ ਕ੍ਰਿਸਚਨਸ ਹੈਗੇ ਆ ਜਾਂ ਮੁਸਲਿਮਸ ਹੈਗੇ ਆ, ਉਹਨਾਂ ਦੇ ਉੱਤੇ ਮੋਦੀ ਗੌਰਮੈਂਟ ਜੋ ਅੱਤਿਆਚਾਰ ਕਰ ਰਹੀ ਹੈਗੀ ਉਹਦੇ ਵਾਸਤੇ ਇੱਕ ਉਹ ਰੈਜ਼ੋਲਿਊਸ਼ਨ ਲੈ ਕੇ ਆਈ ਸੀ ਇਲਹਾਨ ਉਮਰ, ਉਹ ਉੱਥੇ ਕਾਂਗਰਸ ਵੂਮੈਨ ਹੈ, ਜਿਸ ਤਰ੍ਹਾਂ ਐਡਮ ਸ਼ਿਫ ਹੈ ਉਸ ਤਰ੍ਹਾਂ ਹੀ ਉਹ ਹੈ। ਉਹਨੇ ਉਹ ਰੈਜ਼ੋਲਿਊਸ਼ਨ 22 ਦੇ ਵਿੱਚ ਉਹਨੇ ਇੰਟਰੋਡਿਊਸ ਕੀਤਾ ਸੀ, ਔਰ ਉਹਨੇ ਕਿਹਾ ਸੀ ਕਿ ਇੰਡੀਆ ਨੂੰ CPC ਡੈਜ਼ਿਗਨੇਟ ਕੀਤਾ ਜਾਏ, ਕੰਟਰੀ ਔਫ ਪਰਟੀਕੁਲਰ ਕੰਸਰਨ। ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਐਡਮ ਸ਼ਿਫ ਦੇ ਬਿੱਲ ਦੇ ਵਿੱਚ ਸੈਂਕਸ਼ਨਸ ਹੈਗੀਆਂ, ਯਾਨੀ ਕਿ ਪੈਨਲਟੀਜ਼ ਹੈਗੀਆਂ, ਸਜ਼ਾ ਹੈਗੀ ਹੈ, ਉਸ ਤਰ੍ਹਾਂ ਉਸ ਰੈਜ਼ੋਲਿਊਸ਼ਨ ਦੇ, ਉਸ ਰੈਜ਼ੋਲਿਊਸ਼ਨ ਦਾ ਕੁਛ ਨਹੀਂ ਹੋਇਆ, ਉੱਥੇ ਹੀ ਪਿਆ ਹੋਇਆ, ਠੀਕ ਹੈ। ਉਹਦਾ ਕੋਈ ਅਸਰ ਨਾ ਮੋਦੀ ਗੌਰਮੈਂਟ ਦੇ ਉੱਤੇ ਹੋਇਆ, ਨਾ ਅਮੈਰੀਕਨ ਗੌਰਮੈਂਟ ਦੇ ਉੱਤੇ ਹੋਇਆ। ਤਾਂ ਉਹ CPC ਡੈਜ਼ਿਗਨੇਟ ਨਹੀਂ ਕੀਤਾ ਗਿਆ ਇੰਡੀਆ ਨੂੰ, ਔਰ ਇੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਆਰ ਕੰਟੀਨਿਊਇੰਗ, ਯਾਨੀ ਕਿ ਇੱਥੇ ਹੋ ਹੀ ਜਾ ਰਹੀਆਂ ਹੈਗੀਆਂ। ਇਹ ਸਿਰਫ ਇਹ ਤਾਂ ਕਹਿਣ ਦੀ ਗੱਲ ਹੈ ਕਿ ਮਾਈਨੋਰਿਟੀਜ਼ ਉੱਤੇ ਹੋ ਰਹੀਆਂ ਹੈਗੀਆਂ ਹਿਊਮਨ ਰਾਈਟਸ ਵਾਇਲੇਸ਼ਨ, ਮੈਂ ਮੰਨਦਾ ਹੈਗਾ ਕਿ ਸਭ ਲੋਕਾਂ ਦੇ ਉੱਤੇ ਹੋ ਰਹੀਆਂ ਹੈਗੀਆਂ। ਆਈ ਐਮ ਆਲਸੋ ਵਿਕਟਿਮ ਆਫ ਦੋਸ ਹਿਊਮਨ ਰਾਈਟਸ ਵਾਇਲੇਸ਼ਨ, ਆਈ ਐਮ ਅੰਡਰ ਕੌਂਸਟੈਂਟ ਡੈਥ ਥਰੈਟਸ, ਮੈਨੂੰ ਡੈਥ ਥਰੈਟਸ ਹੈਗੀਆਂ ਐਜ਼ ਏ ਜਰਨਲਿਸਟ, ਔਰ ਮੈਂ ਜੋ ਹਿਊਮਨ ਰਾਈਟਸ ਦਾ ਕੰਮ ਕਰਦਾ ਹੈਗਾ ਉਹਦੇ ਵਾਸਤੇ ਮੈਨੂੰ ਆਈ ਐਮ ਅੰਡਰ ਡੈਥ ਥਰੈਟਸ, ਔਰ ਉਹਦੇ ਵਾਸਤੇ ਮੈਨੂੰ ਇੱਕ ਰਿਪੋਰਟਰਸ ਵਿਦਆਊਟ ਬਾਰਡਰਸ ਹੈਗੀ ਹੈ ਫਰਾਂਸ ਦੇ ਵਿੱਚ ਔਰਗਨਾਈਜੇਸ਼ਨ, ਉਹਨੇ ਇੰਡੀਅਨ ਗੌਰਮੈਂਟਸ ਨੂੰ ਗੌਰਮੈਂਟ ਮਿਨਿਸਟਰਸ ਨੂੰ ਉਹ ਰਿਪ੍ਰਜੈਂਟੇਸ਼ਨ ਭੇਜੀਆਂ ਹੈਗੀਆਂ ਕਿ ਆਈ ਸ਼ੁੱਡ ਨੋਟ ਬੀ ਹਾਰਮ। ਤਾਂ ਉਹ ਮੈਨੂੰ ਪਤਾ ਨਹੀਂ, ਪਰ ਮੈਨੂੰ ਕਈ ਤਰ੍ਹਾਂ ਦੀਆਂ ਹੋਰ ਥਰੈਟਸ ਹੈਗੀਆਂ, ਯਾਨੀ ਕਿ ਲੀਗਲ ਕੇਸਿਸ ਝੂਠੇ ਸੱਚੇ ਇਸ ਤਰ੍ਹਾਂ, ਔਰ ਡੈਥ ਥਰੈਟਸ ਹੈਗੀਆਂ। ਤਾਂ ਇਹ ਹਰ ਤਰ੍ਹਾਂ ਦੇ ਬੰਦਿਆਂ ਦੇ ਉੱਤੇ ਹੈਗੀਆਂ। ਮੈਂ ਤਾਂ ਵੈਸੇ ਕਿਸੇ ਰਿਲੀਜਨ ਨੂੰ ਨਹੀਂ ਮੰਨਦਾ ਹੈਗਾ,
ਪਰ ਮੇਰੇ ਉੱਤੇ ਵੀ ਉਹ ਫੈਕਟਸ ਹੈਗੀਆਂ, ਸਿਰਫ ਮਾਈਨੋਰਿਟੀਜ਼ ਦੇ ਉੱਤੇ ਨਹੀਂ, ਹਰ ਕਿਸੇ ਦੇ ਉੱਤੇ ਹੋ ਸਕਦੀਆਂ। ਦ ਪਰਸਨ ਹੂ ਰੇਜ਼ਿਸ ਦੇਅਰ ਵੋਇਸ ਅਗੇਂਸਟ ਦ ਆਟੋਕ੍ਰੈਟਿਕ ਮੋਦੀ ਗੌਰਮੈਂਟ। ਤਾਂ ਇਹ ਜਿਹੜੀਆਂ ਹੈਗੀਆਂ, ਇਹ ਹੁਣ ਐਡਮ ਸ਼ਿਫ ਜਿਹੜਾ ਬਿੱਲ ਲੈ ਕੇ ਆਇਆ ਜਾਂ ਐਲਾਨ ਉਮਰ ਨੇ ਇਹਨੂੰ ਵੀ ਸਪੋਰਟ ਕੀਤਾ ਐਡਮ ਸ਼ਿਫ ਦੇ ਬਿੱਲ ਨੂੰ, ਪਰ ਇਹਦਾ ਅਸਰ ਕੀ ਹੋਏਗਾ ਇਹ ਸਾਨੂੰ ਹਾਲੇ ਤੱਕ ਨਹੀਂ ਪਤਾ ਹੈਗਾ। ਔਰ ਹੁਣ ਕੀ ਹੋਇਆ, ਜਿਸ ਵੇਲੇ ਮੋਦੀ ਉੱਥੇ ਵਿਜ਼ਿਟ ਕਰ ਰਿਹਾ ਅਮੈਰੀਕਾ ਦੇ ਵਿੱਚ, ਸ਼ਾਇਦ 3 ਦਿਨ ਦੀ ਵਿਜ਼ਿਟ ਸੀ ਉਹਦੀ ਉੱਥੇ ਅਮੈਰੀਕਾ ਦੇ ਵਿੱਚ, ਉੱਥੇ ਜਿਹੜੇ ਸਿੱਖ ਸੰਗਠਨ ਹੈਗੇ ਆ, ਔਰਗਨਾਈਜੇਸ਼ਨਸ ਹੈਗੀਆਂ ਡਿਫਰੈਂਟ, ਉਹ ਕਾਫੀ ਪ੍ਰੋਟੈਸਟ ਕਰ ਰਹੀਆਂ ਉੱਥੇ ਮੋਦੀ ਦੇ ਖਿਲਾਫ਼। ਉਹ ਉਹਦੇ ਵੀ ਲਿੰਕਸ ਮੈਂ ਪਾਏ ਹੋਏ ਆ ਥੱਲੇ, ਛੱਡਾਂਗਾ ਆਪਣਾ ਆਰਟੀਕਲ ਉਹਦੇ ਵਿੱਚ ਪਾਏ ਹੋਏ ਆ। ਤਾਂ ਪਰ ਉਹਦਾ ਵੀ ਪ੍ਰੋਟੈਸਟ ਦਾ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ। ਇਹ ਜਿਹੜੀਆਂ ਗੌਰਮੈਂਟਸ ਹੈਗੀਆਂ ਦੇ ਓਪਰੇਟ ਹੈਂਡ ਇਨ ਗਲਵ ਵਿਦ ਈਚ ਅਦਰ। ਤਾਂ ਇਹ ਜਿਹੜੀਆਂ ਇਹ ਸਾਰੀਆਂ ਆਟੋਕ੍ਰੈਟਿਕ ਗੌਰਮੈਂਟ ਹੈ, ਦੇ ਓਪਰੇਟ ਅੰਡਰ ਦ ਗਾਬ ਆਫ ਡੈਮੋਕ੍ਰੈਟਿਕ ਸਿਸਟਮ, ਬਟ ਐਕਚੁਲੀ ਦੇ ਆਰ ਆਟੋਕ੍ਰੈਟਿਕ ਡਿਕਟੇਟੋਰੀਅਲ ਗੌਰਮੈਂਟਸ। ਤਾਂ ਇਹਦਾ ਜਿਹੜੀਆਂ ਪ੍ਰੋਸੀਕਿਊਸ਼ਨਸ ਹੈਗੀਆਂ ਹਰ ਤਰ੍ਹਾਂ ਦੇ ਕਮਿਊਨਿਟੀਜ਼ ਦੀਆਂ, ਉਹ ਕੰਟੀਨਿਊ ਹੋ ਰਹੀਆਂ ਹੈਗੀਆਂ ਇੱਥੇ ਇੰਡੀਆ ਦੇ ਵਿੱਚ। ਤਾਂ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਸੀ, ਔਰ ਇਹਦੇ ਨਾਲ ਰਿਲੇਟਿਡ ਜਿਹੜੇ ਲਿੰਕਸ ਹੈਗੇ ਆ ਉਹ ਇਹਦੇ ਥੱਲੇ ਛੱਡਾਂਗਾ, ਔਰ ਜਿਹੜਾ ਮੈਂ ਪੁਰਾਣਾ 2-4 ਦਿਨ ਪਹਿਲੇ ਵੀ ਵੀਡੀਓ ਪਾਇਆ ਸੀ ਉਹਦੇ ਵੀ ਲਿੰਕ ਇੱਥੇ ਥੱਲੇ ਛੱਡਾਂਗਾ। ਔਰ ਤੁਹਾਨੂੰ ਉੱਥੇ ਜਿਹੜਾ ਪ੍ਰੋਟੈਸਟ ਹੈਗਾ, ਯੂ ਸ਼ੁੱਡ ਬੀ ਵੈਰੀ ਮੈਥੋਡੀਕਲ ਇਨ ਯੋਰ ਅਪਰੋਚ ਟੂ ਪ੍ਰੋਟੈਸਟ ਅਗੇਂਸਟ ਦ ਐਕਸੈਸਿਸ ਆਫ ਦਾ ਮੋਦੀ ਗੌਰਮੈਂਟ। ਤਾਂ ਤੁਸੀਂ ਉੱਥੇ ਇਹ ਜ਼ਿਆਦਾਤਰ ਕਹੋ ਕਿ ਬਈ ਵੋਟਾਂ ਨਾ ਪਾਓ ਇਹਨਾਂ ਨੂੰ, ਜਿੰਨੀ ਦੇਰ ਤੱਕ ਇਹ ਜਿਹੜੀ ਆਟੋਕ੍ਰੈਟਿਕ ਸਰਕਾਰਾਂ ਹੈਗੀਆਂ ਉਹਨਾਂ ਦੇ ਉੱਤੇ ਕੋਈ ਅਮੈਰੀਕਨ ਗੌਰਮੈਂਟ ਐਕਸ਼ਨ ਨਹੀਂ ਲੈਂਦੀ ਉਹਦੇ ਵਿੱਚ, ਜਿਸ ਤਰ੍ਹਾਂ ਕਿ ਜਿਹੜੇ ਬਿੱਲ ਹੈਗਾ ਜਾਂ ਪੁਰਾਣਾ ਰੈਜੋਲੂਸ਼ਨ ਸੀ ਇਲਹਾਨ ਉਮਰ ਦਾ CPC ਵਾਲਾ, ਉਹਦੇ ਵਿੱਚ ਵੀਜ਼ਾ ਰਿਸਟ੍ਰਿਕਸ਼ਨਸ ਹੈਗੀਆਂ ਔਨ ਦਿਸ ਪੋਲੀਟੀਕਲ ਲੀਡਰਸ। ਜਿਸ ਤਰ੍ਹਾਂ ਮੋਦੀ ਦੇ ਉੱਤੇ ਇੱਕ ਵਾਰੀ ਪਹਿਲੇ ਵੀ ਵੀਜ਼ਾ ਰਿਸਟ੍ਰਿਕਸ਼ਨ ਲੱਗੀਆਂ ਸੀ, ਜਿਸ ਵੇਲੇ ਗੁਜਰਾਤ ਦੇ ਪ੍ਰੋਗਰਾਮ ਹੋਇਆ ਸੀ, ਯਾਨੀ ਕਿ ਉੱਥੇ ਮੁਸਲਿਮਸ ਨੂੰ ਮਾਰਿਆ ਗਿਆ ਸੀ, ਉਹਦੇ ਵਿੱਚ ਵੀ ਇਹਦੇ ਵੀਜ਼ਾ ਰਿਸਟ੍ਰਿਕਸ਼ਨ ਲੱਗੀਆਂ ਸੀ। ਤੋ ਯੂ ਡਿਮਾਂਡ ਦਿਸ ਥਿੰਗ ਫਰੋਮ ਦਾ ਸਪੈਸਿਫਿਕ ਥਿੰਗਸ ਫਰੋਮ ਦਾ ਅਮੈਰੀਕਨ ਗੌਰਮੈਂਟ। ਤਾਂ ਆਪਣੇ ਜਿਹੜਾ ਪ੍ਰੋਟੈਸਟ ਹੈਗੇ ਇਹਨਾਂ ਨੂੰ ਥੋੜ੍ਹਾ ਤੁਸੀਂ ਰਿਫਾਈਨ ਕਰੋ ਹੋਰ, ਔਰ ਇਹ ਕੋਸ਼ਿਸ਼ ਕਰੋ ਕਿ ਜਿਹੜੇ ਸਿੱਖਸ ਇੰਡੀਆ ਦੇ ਵਿੱਚ ਰਹਿ ਰਹੇ ਹੈਗੇ ਆ ਜਾਂ ਇੰਡੀਆ ਤੋਂ ਬਾਹਰ ਰਹਿ ਰਹੇ ਹੈਗੇ, ਉਹਦੇ ਉੱਤੇ ਕੋਈ ਮੋਦੀ ਗੌਰਮੈਂਟ ਕੋਈ ਅੱਤਿਆਚਾਰ ਨਾ ਕਰ ਸਕੇ। ਔਰ ਜਿਸ ਤਰ੍ਹਾਂ ਮੋਦੀ ਗੌਰਮੈਂਟ ਹੀ ਨਹੀਂ, ਇਹ ਪੰਜਾਬ ਗੌਰਮੈਂਟ ਵੀ, ਦੇ ਆਰ ਆਲਸੋ ਡੂਇੰਗ ਮੀਨਸ ਐਕਸਟ੍ਰੀਮ ਹਿਊਮਨ ਰਾਈਟਸ ਵਾਇਲੇਸ਼ਨਸ ਇਨ ਪੰਜਾਬ, ਪਰਟੀਕੁਲਰਲੀ ਔਨ ਸਿੱਖਸ। ਤਾਂ ਉਹਨੂੰ ਵੀ ਰੋਕਣ ਵਾਸਤੇ ਤੁਸੀਂ ਕੁਛ ਸਟੈਪਸ ਲਓ ਜਿਹੜੇ ਬਾਹਰ ਰਹਿੰਦੇ ਹੈਗੇ ਸਿੱਖਸ, ਜਿਸ ਤਰ੍ਹਾਂ ਪ੍ਰੋਟੈਸਟ ਕਰ ਰਹੇ ਹੈਗੇ ਆ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਇਨਕਲੂਡ ਕਰੋ। ਔਰ ਇੱਕ ਆਪਣਾ ਉਹ ਬਣਾਓ ਤੁਸੀਂ ਕੋਈ ਪੈਂਫਲੇਟ ਟਾਈਪ ਜਾਂ ਇਸ ਤਰ੍ਹਾਂ ਕੋਈ ਵੈਬਸਾਈਟ ਬਣਾਓ, ਉਹਦੇ ਉੱਤੇ ਸਾਰਾ ਕੁਛ ਪਾਓ ਔਰ ਉਹਨੂੰ ਰੈਗੂਲਰਲੀ ਅਪਡੇਟ ਕਰੋ। ਇਹ ਵੀਡੀਓ ਵਗੈਰਾ ਦਾ ਕੋਈ ਫਾਇਦਾ ਨਹੀਂ, ਉਹ ਚਲੇ ਜਾਂਦੇ ਹੈਗੇ। ਤੁਹਾਡਾ ਇੱਕ ਕਾਮਨ ਪਲੈਟਫਾਰਮ ਹੋਣਾ ਚਾਹੀਦਾ ਹੈਗਾ, ਜਿਹਦੇ ਉੱਤੇ ਸਾਰੇ ਜਿਹੜੇ ਸਿੱਖ ਸੰਗਠਨ ਹੈਗੇ ਆ ਉੱਥੇ ਅਮੈਰੀਕਾ ਦੇ, ਇੰਡੀਆ ਵਾਲੇ ਵੀ ਜੁੜ ਸਕਦੇ ਆ, ਉਹਦੇ ਨਾਲ ਮਿਲ ਕੇ ਇੱਕ ਕਾਮਨ ਪਲੈਟਫਾਰਮ ਯਾਨੀ ਕਿ ਵੈਬ ਪਲੈਟਫਾਰਮ ਬਣਾਓ, ਜਿਹਦੇ ਉੱਤੇ ਹਰ ਰੋਜ਼ ਦੀ ਜਿਹੜੀ ਉਹ ਅਪਡੇਟ ਹੈਗੀ ਹੈ ਤੁਹਾਡੀ, ਉਹ ਵੀਡੀਓਜ਼ ਵੀ, ਜੋ ਤੁਸੀਂ ਮੈਸੇਜਿਸ ਦੇਣੇ ਹੈਗੇ ਹੈ, ਕਮਿਊਨੀਕੇਸ਼ਨ ਦੇਣੀ ਹੈਗੀ ਹੈ, ਜੋ ਤੁਸੀਂ ਕੋਈ ਡਾਕੂਮੈਂਟ ਅਮੈਰੀਕਨ ਗੌਰਮੈਂਟ ਨਾਲ ਜਾਂ ਉੱਥੇ ਦੀ ਕਾਂਗਰਸ ਨਾਲ ਸ਼ੇਅਰ ਕੀਤਾ, ਉਹ ਸਾਰੇ ਉਸ ਵੈਬਸਾਈਟ ਦੇ ਉੱਤੇ ਆਉਣੇ ਚਾਹੀਦੇ ਹੈਗੇ। ਤਾਂ ਇਹਨੂੰ ਥੋੜ੍ਹਾ ਜਿਹਾ ਮੈਥੋਡੀਕਲੀ ਕਰੋ, ਅਦਰਵਾਈਜ਼ ਯੂ ਆਰ ਨੋਟ ਗੋਇੰਗ ਟੂ ਅਚੀਵ ਐਨੀਥਿੰਗ ਵਿਦ ਦਿਸ ਸਮਾਲ ਪ੍ਰੋਟੈਸਟ ਦੈਟ ਯੂ ਆਰ ਡੂਇੰਗ ਇਨ ਅਮੈਰੀਕਾ। ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ, ਇਹਦੇ ਲਿੰਕ ਥੱਲੇ ਛੱਡਾਂਗਾ ਔਰ ਤੁਸੀਂ ਉਹਨਾਂ ਨੂੰ ਦੇਖੋ। ਔਰ ਥੈਂਕਸ ਫੋਰ ਵਾਚਿੰਗ।